ਹਸਤ ਖੇਲਤ ਤੇਰੇ ਦਿਹਰੇ ਆਇਆ ਅਗਲਾ ਵਿਅੰਗ ਸੁਣੋ ਜੀ ਸਿੱਖਾਂ ਵਿੱਚ ਨਿਹੰਗ ਸਿੰਘਾਂ ਦਾ ਪਿਛਲੇ ਸਮੇਂ ਵਿੱਚ ਬਹੁਤ ਸਤਿਕਾਰ ਸੀ ਇਹਨਾਂ ਨੂੰ ਗੁਰੂਕੀਆਂ ਫੌਜਾਂ ਦਾ ਗੁਰੂਕੀਆਂ ਲੜ ਲਈਆਂ ਫੌਜਾਂ ਅਕਾਲੀ ਫੌਜਾਂ ਆਦਿ ਕਹਿ ਕੇ ਮਾਣ ਦਿੱਤਾ ਜਾਂਦਾ ਸੀ ਇਹ ਮਾਣ ਇਹਨਾਂ ਨੂੰ ਝੁੰਗੇ ਵਿੱਚ ਨਹੀਂ ਮਿਲਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਜੰਗਾ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਅੰਤ ਸਮੇਂ ਤੱਕ ਇਸ ਅਕਾਲੀ ਫੌਜ ਨੇ ਬੇਜੋੜ ਸੂਰਮਗਤੀ ਦੇ ਕਾਰਨਾਮੇ ਕੀਤੇ ਸਨ ਸਿੱਖਾਂ ਦੇ ਇਹ ਮੋਰੀ ਜਥਿਆਂ ਵੱਲੋਂ ਕੀਤੇ ਪਰ ਉਪਕਾਰ ਸਦਕਾ ਹਰ ਇੱਕ ਸਿੱਖ ਮਾਈ ਭਾਈ ਲੋਕਾਂ ਲਈ ਸਤਕਾਰ ਦਾ ਪਾਤਰ ਬਣ ਗਿਆ ਸੀ ਲੋਕੀ ਆਪਣੇ ਪੁੱਤਰਾਂ ਨੂੰ ਸਿੰਘ ਬਣਾਉਣ ਵਾਲੀ ਸਿੰਘ ਬਣਾਉਣਾ ਮਾਣ ਵਾਲੀ ਗੱਲ ਸਮਝਦੇ ਸਨ ਸਿੱਖ ਨੌਜਵਾਨ ਨਾਲ ਆਪਣੀ ਧੀ ਦਾ ਰਿਸ਼ਤਾ ਜੋੜਨਾ ਸੁਰੱਖਿਆ ਦੀ ਜਮਨੀ ਮੰਨੀ ਜਾਂਦੀ ਸੀ ਜਿਵੇਂ ਕਿ ਅਕਸਰ ਸਮਾਜ ਵਿੱਚ ਵੇਖਣ ਨੂੰ ਮਿਲਦਾ ਹੈ ਪੀੜੀ ਦਰ ਪੀੜੀ ਲਗਾਤਾਰ ਕੋਈ ਉਸੇ ਸਤਕਾਰ ਦਾ ਪਾਤਰ ਨਹੀਂ ਰਹਿ ਸਕਦਾ ਗੁਰੂ ਸਾਹਿਬ ਦੇ ਸੁਪੁੱਤਰ ਗੁਰੂ ਸਾਹਿਬ ਦੇ ਖਾਨਦਾਨ ਦੇ ਲੋਕ ਭਾਵੇਂ ਡਿੰਗਾ ਤਾਂ ਬੜੀਆਂ ਮਾਰਦੇ ਰਹੇ ਨੇ ਆਪਣੀ ਪੂਜਾ ਕਰਾਉਣ ਦਾ ਢਾਉ ਤਾਂ ਕਰਦੇ ਰਹੇ ਨੇ ਗੁਰੂ ਸਾਹਿਬ ਵਰਗੇ ਉਹਨਾਂ ਦੇ ਔਲਾਦ ਵਾਲੇ ਪੁੱਤਰ ਧੀਆ ਆਦਿਕ ਵੀ ਨਹੀਂ ਬਣ ਸਕੇ ਤੇ ਲੋਕਾਂ ਦੀਆਂ ਨਜ਼ਰਾਂ ਚੋਂ ਹੌਲੀ-ਹੌਲੀ ਗਿਰ ਗਏ ਆਉਣ ਵਾਲੀਆਂ ਨਸਲਾਂ ਦਾ ਇਸੇ ਤਰ੍ਹਾਂ ਕਿਰਦਾਰ ਨੀਵਾ ਹੋ ਜਾਂਦਾ ਹੈ ਫਿਰ ਵੀ 50 ਸਾਲ ਜਾਂ 100 ਸਾਲ ਤੱਕ ਅਗਲੀਆਂ ਪੀੜ੍ਹੀਆਂ ਬਜ਼ੁਰਗਾਂ ਦਾ ਖਟਿਆ ਖਾਂਦੀਆਂ ਹੀ ਰਹਿੰਦੀਆਂ ਹਨ ਸਮਾਂ ਬੀਤਣ ਨਾਲ ਉਹਨਾਂ ਦੇ ਮੰਦੇ ਆਚਰਣ ਨੂੰ ਵੇਖ ਕੇ ਲੋਕ ਮਨਾਂ ਵਿੱਚੋਂ ਉਹਨਾਂ ਪ੍ਰਤੀ ਸਤਿਕਾਰ ਭਾਵਨਾ ਖਤਮ ਹੋ ਜਾਂਦੀ ਹੈ ਬੀਤੇ ਉਪਰਮਾਨ ਕਰਨ ਦੀ ਥਾਵੇਂ ਅੱਜ ਦੀ ਨਿਗਰੀ ਹੋਈ ਹਾਲਤ ਨੂੰ ਸਨਮੁਖ ਨਾ ਰੱਖਦੇ ਹੋਏ ਉਹ ਕਈ ਵਾਰੀ ਫੋਕੀ ਟੌਰ ਜਮਾਉਣ ਦੀ ਲੋਕਾਂ ਤੇ ਰੋਹ ਪਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਪੁਰਾਣੇ ਸਮਿਆਂ 'ਚ ਐਦਾਂ ਦੇ ਹੁੰਦੇ ਸੀ ਪਰ ਲੋਕ ਉਹਨਾਂ ਦੀ ਅਸਲੀਅਤ ਸਮਝ ਚੁੱਕੇ ਹੁੰਦੇ ਹਨ ਉਹਨਾਂ ਦਾ ਸਨਮਾਨ ਕਰਨ ਦੀ ਥਾਂ ਸਗੋਂ ਮਜ਼ਾਕ ਉਡਾਉਣ ਲੱਗ ਪੈਂਦੇ ਹਨ ਉਹਨਾਂ ਬਾਰੇ ਲਤੀਫੇ ਘੜੇ ਜਾਂਦੇ ਹਨ ਹਰ ਥਾਂ ਟਿਚਰਾਂ ਅਤੇ અપਮਾਨ ਹੋਣ ਲੱਗ ਪੈਂਦਾ ਹੈ ਲਗਭਗ ਇਹੀ ਦਸ਼ਾ ਸਿੱਖਾਂ ਦੇ ਸਤਕਾਰਯੋਗ ਨਿਹੰਗ ਸਿੰਘਾਂ ਦੀ ਹੋ ਚੁੱਕੀ ਹੈ ਕਿਸੇ ਵਿਦਵਾਨ ਨੇ ਬਹੁਤ ਸੁੰਦਰ ਲਿਖਿਆ ਹੈ ਤੁਹਾਡੇ ਵੱਡੇ-ਵਡੇਰੇ ਕਿੰਨੇ ਮਹਾਨ ਸਨ ਇਹ ਨਾ ਦੱਸੋ ਸਗੋਂ ਇਹ ਦੱਸੋ ਕਿ ਤੁਸੀਂ ਅੱਜ ਕਿੰਨੇਕ ਮਹਾਨ ਹੋ ਤੁਹਾਡੀ ਇੱਜ਼ਤ ਸਮਾਜ ਦੇ ਵਿੱਚ ਕਿੰਨੀ ਹੈ ਇੱਕ ਨਿਹੰਗ ਸਿੰਘ ਸਫ਼ਰ ਕਰਦਾ ਕਿਤੇ ਜਾ ਰਿਹਾ ਸੀ ਰਸਤੇ ਵਿੱਚ ਥਕੇਮਾ ਲਾਉਣ ਵਾਸਤੇ ਰੁੱਖ ਦੀ ਛਾਵੇਂ ਬੈਠ ਗਿਆ ਖੂਬ ਵੇਖ ਕੇ ਇਸ਼ਨਾਨ ਕਰਨ ਲਈ ਉਸ ਦਾ ਚਿਤ ਕਰ ਆਇਆ ਇਸ਼ਨਾਨ ਕਰਕੇ ਕਛਹਿਰਾ ਸੁਕਣਾ ਪਾ ਦਿੱਤਾ ਖੁਦ ਪਾਸੇ ਹੋ ਕੇ ਆਰਾਮ ਕਰਨ ਲੱਗ ਪਿਆ ਇੰਨੇ ਵਿੱਚ ਖੇਤ ਦਾ ਮਾਲਕ ਆ ਪਹੁੰਚਿਆ ਉਸ ਨੇ ਨਹਿੰਗ ਅਤੇ ਸੁਕਣੇ ਪਾਇਆ ਕਛਹਿਰਾ ਵੇਖਿਆ ਸੁੱਤੇ ਪਏ ਨਹਿੰਗ ਨੂੰ ਗੁੱਸੇ ਵਿੱਚ ਆ ਕੇ ਖੇਤੀ ਦੇ ਮਾਲਕ ਕਿਸਾਨ ਨੇ ਉਠਾ ਦਿੱਤਾ ਨਾਲ ਹੀ ਫਰਮਾਨ ਸੁਣਾ ਦਿੱਤਾ ਛੇਤੀ ਦੇਣੇ ਆਪਣਾ ਕਛਹਿਰਾ ਚੁੱਕੋ ਨਹਿੰਗ ਨੇ ਪੁੱਛਿਆ ਅਜਿਹੀ ਕਿਹੜੀ ਆਫਤਾ ਗਈ ਤੇਰਾ ਕਿਹੜਾ ਕੰਮ ਰੁਕ ਗਿਆ ਕਿ ਤੂੰ ਕਸ਼ਹਿਰਾ ਚਕਾਉਣ ਲਈ ਆਪੇ ਤੋਂ ਬਾਹਰ ਹੋਇਆ ਖੜਾ ਹੈ ਖੇਤ ਦਾ مالک ਕਹਿਣ ਲੱਗਿਆ ਨਿੰਘ ਸਿੰਘ ਜੀ ਹਾਲੀ ਤੱਕ ਤਾਂ ਕਸ਼ਹਿਰਾ ਕੋਈ ਅੜੇਕਾ ਨਹੀਂ ਪਾਉਂਦਾ ਪਰ ਕੀ ਪਤਾ ਤੁਸੀਂ ਇਸ ਕਸ਼ਹਿਰੇ ਵਾਲੀ ਥਾਂ ਤੇ ਗੁਰਦੁਆਰਾ ਬਣਾ ਕੇ ਹੀ ਪੱਕੇ ਡੇਰੇ ਨਾ ਜਮਾ ਲਓ ਇਸ ਲਈ ਮੈਂ ਹੁਣੇ ਕਹਿੰਦਾ ਹਾਂ ਕਿ ਕਸ਼ਹਿਰਾ ਕਿਤੇ ਅੱਗੇ ਜਾ ਕੇ ਸੁਕਾ ਲੈਣਾ ਇੱਥੇ ਹੋਰ ਨਹੀਂ ਠਰਾਇਆ ਜਾ ਸਕਦਾ ਮੈਂ ਦੇਖ ਚੁੱਕਿਆ ਕਿ ਜਿੱਥੇ ਤੁਸੀਂ ਕੋਈ ਆਪਣਾ ਨਿਸਾਨੀ ਕੋਈ ਆਪਣਾ ਕੱਪੜਾ ਲੀੜਾ ਰੱਖ ਦਿੰਦੇ ਹੋ ਉੱਥੇ ਹੀ ਗੁਰਦੁਆਰਾ ਬਣਾ ਕੇ ਬਹਿ ਜਾਂਦੇ ਹੋ ਮੈਂ ਇਹ ਗੱਲ ਅੱਗੇ ਕਿਸੇ ਤੋਂ ਸੁਣੀ ਸੀ ਪੰਜ ਸੱਤ ਸਿੰਘਾਂ ਦੇ ਇਕੱਠ ਵਿੱਚ ਅੱਗੋਂ ਮੈਂ ਸੁਣਾ ਦਿੱਤੀ ਗੱਲ ਸੁਣ ਕੇ ਮੇਰਾ ਇੱਕ ਸਾਥੀ ਝਟ ਬੋਲ ਪਿਆ ਆਖਣ ਲੱਗਿਆ ਅਸੀਂ ਨੌਕਰੀ ਕਾਰਨ ਆਪਣੇ ਜੱਦੀ ਘਰ ਤੋਂ ਦੂਰ ਰਹਿੰਦੇ ਸਾਂ ਦੋ ਕਮਰੇ ਰਸੋਈ ਆਦਿਕ ਬਣੀ ਹੋਈ ਸੀ ਵਿਹੜਾ ਵੀ ਕਾਫੀ ਖੁੱਲਾ ਸੀ ਲੋੜਵੰਦ ਜਾਣ ਕੇ ਇੱਕ ਨੰਘ ਸਿੰਘ ਨੂੰ ਥੋੜੇ ਜਿਹੇ ਕਰਾਏ ਤੇ ਅਸੀਂ ਬਿਠਾ ਦਿੱਤਾ। ਸਾਲਕ ਮਗਰੋਂ ਸਾਡਾ ਘਰ ਆਉਣਾ ਹੋਇਆ ਤਾਂ ਵੇਖਿਆ ਕਿ ਵਿਹੜੇ ਵਿੱਚ ਨਿਸਾਨ ਸਾਹਿਬ ਗੱਡਿਆ ਹੋਇਆ ਸੀ। ਅੱਗੇ ਗਏ ਇੱਕ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਜਦੋਂ ਨੰਘ ਸਿੰਘ ਨਾਲ ਗੱਲ ਕੀਤੀ ਤਾਂ ਉਹ ਅੱਗੋਂ ਖਾਣ ਨੂੰ ਪਵੇ। ਆਖੇ ਗੁਰੂ ਗ੍ਰੰਥ ਸਾਹਿਬ ਤੇ ਨਿਸਾਨ ਸਾਹਿਬ ਵੇਖ ਕੇ ਤੁਹਾਨੂੰ ਜ਼ਹਿਰ ਚੜਦਾ ਹੈ। ਉਂਝ ਆਪਣੇ ਆਪ ਨੂੰ ਵੱਡੇ ਸਿੱਖ ਸਮਝਦੇ ਹੋ ਤੁਸੀਂ। ਸਾਨੂੰ ਵਿੱਚੋਂ ਖਤਰਾ ਹੋਰ ਸੀ 10 ਕ ਬੰਦੇ ਜਾਣ ਪਛਾਣ ਵਾਲੇ ਬੁਲਾ ਕੇ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਭਜਾਇਆ ਫਿਰ ਅਸੀਂ ਨਿਸਾਨ ਸਾਹਿਬ ਪੁੱਟ ਕੇ ਪਰਾਂ ਸੁੱਟ ਦਿੱਤਾ ਸਾਡੇ ਇਹ ਕਾਰਵਾਈ ਕਰਦਿਆਂ ਨਿਹੰਗ ਸਿੰਘ ਪੁਲਿਸ ਨੂੰ ਬੁਲਾ ਲਿਆ 5-7 ਹੋਰ ਨਿਹੰਗ ਵੀ ਆ ਕੇ ਬਰਛੇ ਕਿਰਪਾਨਾਂ ਹਵਾ ਵਿੱਚ ਲਹਿਰਾਉਣ ਲੱਗ ਪਏ ਅਤੇ ਜਕਾਰੇ ਗਜਾਉਣ ਲੱਗ ਪਏ ਕਾफी ਗਾਲੀ ਗਲੋਚ ਹੋਈ ਪਰ ਵੱਡੀ ਘਟਨਾ ਤੋਂ ਬਚਾਅ ਹੋ ਗਿਆ ਹਾਲਾਤ ਵੇਖ ਕੇ ਅਤੇ ਨਿਹੰਗ ਸਿੰਘ ਪਹਿਲਾ ਥਾਣੇ ਪੁੱਜਿਆ ਹੋਣ ਕਰਕੇ ਪੁਲਿਸ ਨੇ ਸਾਡੇ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰ ਲਿਆ 295ਏ ਪਹਿਲਾਂ ਮੇਰੀ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਜ਼ਬਾਨਤ ਕਰਾਈ 2 ਸਾਲ ਤੱਕ ਤਰੀਕਾਂ ਭੁਗਤੀਆਂ 50000 ਰੁਪਇਆ ਇਸ ਮੁਕੱਦਮੇ ਤੇ ਰੁੜ ਗਿਆ ਘਰ ਸਾਡਾ ਆਪਣਾ ਬਸ ਨਿੰਗ ਢਿੰਗ ਸਿੰਘ ਨੂੰ ਰਹਿਣ ਦੀ ਅਜਾਈ ਤੱਕ ਹੀ ਦੇ ਦਿੱਤੀ ਗਲ ਸਿਆਪਾ ਪਾ ਲਿਆ ਉੱਥੇ ਹੀ ਗੁਰਦੁਆਰਾ ਬਣਾਣਾ ਸ਼ੁਰੂ ਹੋ ਗਿਆ ਕਿ ਸ਼ਹਿਰਾ ਚੋਕਣ ਲਈ ਕਹਿਣ ਵਾਲਾ ਆਪਣੀ ਥਾਂ ਤੇ ਠੀਕ ਸੀ ਕੋਈ ਪਤਾ ਨਹੀਂ ਅਜੇਹੇ ਲੋਕ ਕਿੱਥੇ ਗੁਰਦੁਆਰਾ ਬਣਾ ਕੇ ਬੈਠ ਜਾਣ ਪਹਿਲਾਂ ਹੀ ਸੁਚੇਤ ਹੋਣਾ ਚਾਹੀਦਾ ਹੈ ਵਿਹਲੀਆਂ ਪਈਆਂ ਥਾਵਾਂ ਤੇ ਕਬਜ਼ੇ ਕਰਨ ਲਈ ਕਬਜ਼ੇ ਕਰਨ ਲਈ ਧਰਮ ਦੀ ਵਰਤੋਂ ਕੀਤੀ ਜਾਂਦੀ ਹੈ ਇਕੱਲੇ ਉੱਤਰ ਪ੍ਰਦੇਸ਼ ਵਿੱਚ 45000 ਮੰਦਰ ਨਜਾਇਜ਼ ਥਾਮਾਂ ਤੇ ਬਣੇ ਹੋਏ ਨੇ ਧੱਕੇ ਨਾਲ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਇਹ ਯੂਪੀ ਦੇ ਹਾਈ ਕੋਰਟ ਦਾ ਮੁਕੱਦਮਾ ਕੀਤੇ ਤੋਂ ਬਾਅਦ ਆਇਆ ਹੋਇਆ ਫੈਸਲਾ ਹੈ ਯੂਪੀ ਦੇ ਲਖਨਊ ਦੇ ਹਾਈ ਕੋਰਟ ਵੱਲੋਂ ਉਥੋਂ ਦੀ ਸਰਕਾਰ ਨੂੰ ਹੁਕਮ ਦਿੱਤਾ ਗਿਆ ਸੀ ਕਿ 45000 ਜਿਹੜੇ ਮੰਦਰ ਨਜਾਇਜ਼ ਥਾਮਾਂ ਤੇ ਉਸਰੇ ਹੋਏ ਨੇ ਉਹਨਾਂ ਤੋਂ ਕਬਜ਼ਾ ਵਾਪਸ ਲਿਆ ਜਾਵੇ ਮੰਦਰਾਂ ਨੂੰ ਨਜਾਇਜ਼ ਉਸਾਰੀ ਨਾ ਕਰਨ ਦਿੱਤੀ ਜਾਵੇ ਗੁਰਦੁਆਰਿਆਂ ਦਾ ਵੀ ਇਹੀ ਹਾਲ ਹੈ ਤੇ ਗੁਰਦੁਆਰਾ ਪਰ ਉਪਕਾਰ ਵਾਸਤੇ ਨਹੀਂ ਹੁੰਦਾ ਜ਼ਮੀਨਾਂ ਤੇ ਕਬਜ਼ੇ ਕਰਨੇ ਉੱਥੇ ਫਿਰ ਦੁਕਾਨਾਂ ਪਾ ਲੈਣੀ ਆ ਰਹਿائش ਕਰ ਲੈਣੀ ਕਿਰਾਏ ਤੇ ਚਾੜ ਦੇਣਾ ਤੇ ਕੋਈ ਬਿਜ਼ਨਸ ਚਲਾ ਲੈਣਾ ਬਸ ਇਹੀ ਕੰਮ ਹੈ ਇਹ ਕਬਜ਼ੇ ਕਰਕੇ ਗੁਰਦੁਆਰੇ ਅਤੇ ਹੋਰ ਧਰਮ ਸਥਾਨ ਬਣਾਉਣ ਦਾ ਤੁਹਾਡਾ ਕੀ ਵਿਚਾਰ ਹੈ ਜੇ ਤੁਸੀਂ ਵੀ ਧਿਆਨ ਦਿਓ ਆਕੋ ਸਤਨਾਮ